ਪੰਜਾਬੀ ਗਾਇਕ ਸਤਵਿੰਦਰ ਬੁੱਗਾ ਦੀ ਪਰਜਾਈ ਦਾ ਪੋਸਟਮਾਰਟਮ ਹੋਵੇਗਾ ਹਾਈ ਕੋਰਟ ਦੇ ਵੱਲੋਂ ਇਸ ਤੇ ਆਦੇਸ਼ ਦੇ ਦਿੱਤੇ ਨੇ ਡਿਪਟੀ ਡਾਇਰੈਕਟਰ ਹੈਲਥ ਅਤੇ ਫੋਰੈਂਸਿਕ ਮਾਹਰ ਦੀ ਨਿਗਰਾਨੀ ਦੇ ਵਿੱਚ ਪੋਸਟਮਾਰਟਮ ਕੀਤਾ ਜਾਵੇਗਾ ਦੱਸਦੇ ਕਿ ਸਤਵਿੰਦਰ ਬੁੱਗਾ ਤੇ ਕਤਲ ਦੇ ਇਲਜ਼ਾਮ ਲੱਗੇ ਸੀ ਭਰਾ ਦੇ ਨਾਲ ਜ਼ਮੀਨੀ ਵਿਵਾਦ ਦੌਰਾਨ ਪਰਜਾਈ ਦੀ ਮੌਤ ਹੋਈ ਸੀ ਤਾਂ ਹਾਈ ਕੋਰਟ ਨੇ ਇੱਕ ਹਫ਼ਤੇ ਦੇ ਵਿੱਚ ਜਾਂਚ ਰਿਪੋਰਟ ਮੰਗੀ ਹੈ ਦੱਸਦੇ ਕਿ ਸੋਸ਼ਲ ਮੀਡੀਆ ਤੇ ਉਹ ਵੀਡੀਓ viral ਹੋਈ ਸੀ ਜਿਸ ਦੇ ਵਿੱਚ ਸਤਵਿੰਦਰ ਬੁੱਗਾ ਦੀ ਹੱਥੋਂ ਪਾਈ ਹੋਈ ਸੀ ਆਪਣੇ ਭਰਾ ਦੇ ਨਾਲ ਜਿਸ ਮੌਕੇ ਉਸ ਦੀ ਪਰਜਾਈ ਦੀ ਮੌਤ ਹੋ ਗਈ ਸੀ ਤਾਂ ਭਰਾ ਦੇ ਵੱਲੋਂ ਇਲਜ਼ਾਮ ਲਗਾਏ ਗਏ ਕਿ ਸਤਵਿੰਦਰ ਬੁੱਗਾ ਨੇ ਉਸ ਦੀ ਪਤਨੀ ਦਾ ਕਤਲ ਕਰ ਦਿੱਤਾ ਸੋ ਹਾਲੇ ਤੱਕ ਸੰਸਕਾਰ ਨਹੀਂ ਕੀਤਾ ਗਿਆ ਲਗਾਤਾਰ ਸਤਵਿੰਦਰ ਬੁੱਗਾ ਦੇ ਭਰਾ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ ਔਰ ਉਨ੍ਹਾਂ ਦੇ ਵੱਲੋਂ ਗੰਭੀਰ aarop ਲਗਾਏ ਗਏ ਨੇ ਕਿ ਸਤਵਿੰਦਰ ਬੁੱਗਾ ਤੇ ਕਾਰਵਾਈ ਨਹੀਂ ਕੀਤੀ ਜਾ ਰਹੀ ਕਿਉਂਕਿ ਹਲਕੇ ਦਾ ਵਿਧਾਇਕ ਅਤੇ ਪੁਲਿਸ ਸਤਵਿੰਦਰ ਬੁੱਗਾ ਦੇ ਨਾਲ ਰਲਈ ਹੋਈ ਹੈ ਇਸ ਕਰਕੇ ਦਬਾਅ ਦੇ ਕਾਰਨ ਇਹ ਕਾਰਵਾਈ ਨਹੀਂ ਕੀਤੀ ਜਾ ਰਹੀ ਤਾਂ ਘੁੰਮਣ ਬ੍ਰਦਰ ਵਕੀਲ ਨੇ ਜਿਹੜੇ ਉਹ ਵੀ ਸਤਵਿੰਦਰ ਬੁੱਗਾ ਦੇ ਭਰਾ ਦਾ ਕੇਸ ਲੜ ਰਹੇ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਉਹ ਉੱਚ ਅਦਾਲਤ ਦਾ ਰੁਖ ਕਰਨਗੇ ਸੋ ਸਤਵਿੰਦਰ ਬੁੱਗਾ ਦੀ ਪਰਜਾਈ ਦਾ ਪੋਸਟਮਾਰਟਮ ਅੱਜ ਹੋਵੇਗਾ ਹਾਈ ਕੋਰਟ ਦੇ ਵੱਲੋਂ ਆਦੇਸ਼ ਦਿੱਤੇ ਗਏ ਨੇ ਡਿਪਟੀ ਡਾਇਰੈਕਟਰ ਹੈਲਥ ਅਤੇ ਫੋਰੈਂਸਿਕ ਮਾਹਰ ਦੀ ਨਿਗਰਾਨੀ ਦੇ ਵਿੱਚ ਇਹ ਪੋਸਟਮਾਰਟਮ ਕੀਤਾ ਜਾਵੇਗਾ ਰਿਪੋਰਟ ਆ ਜਿਹੜੀ ਹਾਈ ਕੋਰਟ ਦੇ ਵਿੱਚ ਪੇਸ਼ ਹੋਵੇਗੀ ਜਿਸ ਤੋਂ ਬਾਅਦ ਸਤਵਿੰਦਰ ਬੁੱਗਾ ਦੀ ਪਰਜਾਈ ਦਾ ਸੰਸਕਾਰ ਹੋਵੇਗਾ ਸਰ ਪੋਸਟਮਾਰਟਮ ਤੋਂ ਬਾਅਦ ਜਿਹੜੀ ਮੈਂ ਆਈ ਵਿਟਨੈਸ ਹਾਂ ਬੁੱਗੇ ਨੇ ਧੱਕਾ ਦਿੱਤਾ ਹੈ ਮੇਰੀ ਪਤਨੀ ਘਟਨਾ ਸਥਾਨ ਤੇ ਉੱਥੇ ਮੌਜੂਦ ਹੈ ਮੇਰੀ ਪਤਨੀ ਦੀ ਇਸ ਕਾਰਨ ਮੌਤ ਹੋਈ ਆ ਦੂਜਾ ਬੁੱਗੇ ਨੇ ਹਸਪਤਾਲ ਚ ਜਾ ਕੇ ਉਹਨੂੰ ਫੇਰ ਸ਼ੌਕ ਦਿੱਤਾ ਜਦੋਂ ਮੈਨੂੰ ਗਾਲਾਂ ਕੱਢੀਆਂ ਬੁੱਗੇ ਨੇ ਮੇਰੀ ਪਤਨੀ ਦਾ ਕਤਲ ਕਰਿਆ ਪੋਸਟਮਾਰਟਮ ਤੋਂ ਬਾਅਦ ਫਿਰ ਮਾ ਘੁੰਮਣ ਸਾਹਿਬ ਜੱਜ ਸਾਹਿਬ ਨੇ ਵੀ ਕਿਹਾ ਵੀ ਜੇ ਤੁਹਾਨੂੰ ਉੱਥੇ ਨਹੀਂ ਹੁੰਦਾ ਤੁਸੀਂ ਦੁਬਾਰੇ ਆਜੋ ਹਾਈ ਕੋਰਟ ਅਸੀਂ ਜੇ ਸਾਨੂੰ ਉੱਥੇ ਇਨਸਾਫ ਮਿਲਿਆ ਪਰਚਾ ਦਰਜ ਹੋਇਆ ਠੀਕ ਹੈ ਨਹੀਂ ਘੁੰਮਣ ਸਾਹਿਬ ਬੈਠੇ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਦੀ ਪਰਜਾਈ ਦਾ ਪੋਸਟਮਾਰਟਮ ਹੋਵੇਗਾ ਹਾਈ ਕੋਰਟ ਦੇ ਵੱਲੋਂ ਇਸ ਤੇ ਆਦੇਸ਼ ਦੇ ਦਿੱਤੇ ਨੇ ਡਿਪਟੀ ਡਾਇਰੈਕਟਰ ਹੈਲਥ ਅਤੇ ਫੋਰੈਂਸਿਕ ਮਾਹਰ ਦੀ ਨਿਗਰਾਨੀ ਦੇ ਵਿੱਚ ਪੋਸਟਮਾਰਟਮ ਕੀਤਾ ਜਾਵੇਗਾ ਦੱਸਦੇ ਕਿ ਸਤਵਿੰਦਰ ਬੁੱਗਾ ਤੇ ਕਤਲ ਦੇ ਇਲਜ਼ਾਮ ਲੱਗੇ ਸੀ ਭਰਾ ਦੇ ਨਾਲ ਜ਼ਮੀਨੀ ਵਿਵਾਦ ਦੌਰਾਨ ਪਰਜਾਈ ਦੀ ਮੌਤ ਹੋਈ ਸੀ ਤਾਂ ਹਾਈ ਕੋਰਟ ਨੇ ਇੱਕ ਹਫ਼ਤੇ ਦੇ ਵਿੱਚ ਜਾਂਚ ਰਿਪੋਰਟ ਮੰਗੀ ਹੈ ਦੱਸਦੇ ਕਿ ਸੋਸ਼ਲ ਮੀਡੀਆ ਤੇ ਉਹ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਸਤਵਿੰਦਰ ਬੁੱਗਾ ਦੀ ਹੱਥੋਂ ਪਾਈ ਹੋਈ ਸੀ ਆਪਣੇ ਭਰਾ ਦੇ ਨਾਲ ਜਿਸ ਮੌਕੇ ਉਸ ਦੀ ਪਰਜਾਈ ਦੀ ਮੌਤ ਹੋ ਗਈ ਸੀ ਤਾਂ ਭਰਾ ਦੇ ਵੱਲੋਂ ਇਲਜ਼ਾਮ ਲਗਾਏ ਗਏ ਕਿ ਸਤਵਿੰਦਰ ਬੁੱਗਾ ਨੇ ਉਸ ਦੀ ਪਤਨੀ ਦਾ ਕਤਲ ਕਰ ਦਿੱਤਾ ਸੋ ਹਾਲੇ ਤੱਕ ਸੰਸਕਾਰ ਨਹੀਂ ਕੀਤਾ ਗਿਆ ਲਗਾਤਾਰ ਸਤਵਿੰਦਰ ਬੁੱਗਾ ਦੇ ਭਰਾ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ ਔਰ ਉਨ੍ਹਾਂ ਦੇ ਵੱਲੋਂ ਗੰਭੀਰ aarop ਲਗਾਏ ਗਏ ਨੇ ਕਿ ਸਤਵਿੰਦਰ ਬੁੱਗਾ ਤੇ ਕਾਰਵਾਈ ਨਹੀਂ ਕੀਤੀ ਜਾ ਰਹੀ ਕੋਕੀ ਹਲਕੇ ਦਾ ਵਿਧਾਇਕ ਅਤੇ ਪੁਲਿਸ ਸਤਵਿੰਦਰ ਬੁੱਗਾ ਦੇ ਨਾਲ ਰਲਈ ਹੋਈ ਹੈ ਇਸ ਕਰਕੇ ਦਬਾਅ ਦੇ ਕਾਰਨ ਇਹ ਕਾਰਵਾਈ ਨਹੀਂ ਕੀਤੀ ਜਾ ਰਹੀ ਤਾਂ ਘੁੰਮਣ ਬ੍ਰਦਰਜ਼ ਵਕੀਲ ਨੇ ਜਿਹੜੇ ਉਹ ਵੀ ਸਤਵਿੰਦਰ ਬੁੱਗਾ ਦੇ ਭਰਾ ਦਾ ਕੇਸ ਲੜ ਰਹੇ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਉਹ ਉੱਚ ਅਦਾਲਤ ਦਾ ਰੁਖ ਕਰਨਗੇ ਸੋ ਸਤਵਿੰਦਰ ਬੁੱਗਾ ਦੀ ਪਰਜਾਈ ਦਾ ਪੋਸਟਮਾਰਟਮ ਅੱਜ ਹੋਵੇਗਾ ਹਾਈ ਕੋਰਟ ਦੇ ਵੱਲੋਂ ਆਦੇਸ਼ ਦਿੱਤੇ ਗਏ ਨੇ ਡਿਪਟੀ ਡਾਇਰੈਕਟਰ ਹੈਲਥ ਅਤੇ ਫੋਰੈਂਸਿਕ ਮਾਹਰ ਦੀ ਨਿਗਰਾਨੀ ਦੇ ਵਿੱਚ ਇਹ ਪੋਸਟਮਾਰਟਮ ਕੀਤਾ ਜਾਵੇਗਾ ਰਿਪੋਰਟ ਆ ਜਿਹੜੀ ਹਾਈ ਕੋਰਟ ਦੇ ਵਿੱਚ ਪੇਸ਼ ਹੋਵੇਗੀ ਜਿਸ ਤੋਂ ਬਾਅਦ ਸਤਵਿੰਦਰ ਬੁੱਗਾ ਦੀ ਪਰਜਾਈ ਦਾ ਸੰਸਕਾਰ ਹੋਵੇਗਾ ਸਰ ਪੋਸਟਮਾਰਟਮ ਤੋਂ ਬਾਅਦ ਜਿਹੜੀ ਮੈਂ ਆਈ ਵਿਟਨੈਸ ਹਾਂ ਬੁੱਗੇ ਨੇ ਧੱਕਾ ਦਿੱਤਾ ਮੇਰੀ ਪਤਨੀ ਘਟਨਾ ਸਥਾਨ ਤੇ ਉੱਥੇ ਮੌਜੂਦ ਹੈ ਮੇਰੀ ਪਤਨੀ ਦੀ ਇਸ ਕਾਰਨ ਮੌਤ ਹੋਈ ਆ ਦੂਜਾ ਬੁੱਗੇ ਨੇ ਹਸਪਤਾਲ ਚ ਜਾ ਕੇ ਉਹਨੂੰ ਫੇਰ ਸ਼ੌਕ ਦਿੱਤਾ ਜਦੋਂ ਮੈਨੂੰ ਗਾਲਾਂ ਕੱਢੀਆਂ ਬੁੱਗੇ ਨੇ ਮੇਰੀ ਪਤਨੀ ਦਾ ਕਤਲ ਕਰਿਆ ਪੋਸਟਮਾਰਟਮ ਤੋਂ ਬਾਅਦ ਫਿਰ ਘੁੰਮਣ ਸਾਹਿਬ ਜੱਜ ਸਾਹਿਬ ਨੇ ਵੀ ਕਿਹਾ ਵੀ ਜੇ ਤੁਹਾਨੂੰ ਉੱਥੇ ਨਹੀਂ ਹੁੰਦਾ ਤੁਸੀਂ ਦੁਬਾਰੇ ਆਜੋ ਹਾਈ ਕੋਰਟ ਅਸੀਂ ਜੇ ਸਾਨੂੰ ਉੱਥੇ ਇਨਸਾਫ ਮਿਲਿਆ ਪਰਚਾ ਦਰਜ ਹੋਇਆ ਠੀਕ ਹੈ ਨਹੀਂ ਘੁੰਮਣ ਸਾਹਿਬ ਬੈਠੇ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ